ਆਹ ਤਾਂ ਹੱਦ ਹੀ ਹੋ ਗਈ। ਆਹ ਦੇਖੋ ਕਿਵੇਂ ਲੁਟੇਰਿਆਂ ਨੇ ਇੱਕ ਨੌਜਵਾਨ ਨੂੰ ਨਿਸ਼ਾਨਾ ਬਣਾਇਆ। ਨੌਜਵਾਨ ਸੜਕ ਦੇ ਕਿਨਾਰੇ ਤੇ ਤੁਰੇ ਆ ਰਿਹਾ ਸੀ ਤਾਂ ਇਸ ਦੇ ਪਿੱਛੇ ਦੋ ਲੁਟੇਰੇ ਲੱਗ ਪਏ, ਜਿਨ੍ਹਾਂ ਨੇ ਇਸ ਨੌਜਵਾਨ ਨੂੰ ਗਰਦਨ ਤੋਂ ਫੜਿਆ, ਖਿੱਚ ਤੂੰ ਕੀਤੀ, ਫਿਰ ਇਸ ਦਾ ਮੋਬਾਈਲ ਖੋ ਕੇ ਫਰਾਰ ਹੋਏ ਨੇ। ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ, ਕਿਸ ਤਰੀਕੇ ਦੇ ਨਾਲ ਖਿੱਚ ਤੂੰ ਕੀਤੀ ਗਈ ਔਰ ਜੋ ਬਾਈਕ ਦੇ ਪਿੱਛੇ ਲੁਟੇਰਾ ਬੈਠਾ ਸੀ ਉਸਦੇ ਹੱਥ ਦੇ ਵਿੱਚ ਤੇਜ਼ ਧਾਰ ਹਥਿਆਰ ਸੀ, ਜਿਸ ਦੇ ਜ਼ੋਰ ਤੇ ਇਹਨਾਂ ਦੇ ਵੱਲੋਂ ਲੁੱਟ ਕੀਤੀ ਗਈ। ਹਾਲਾਂਕਿ ਨੌਜਵਾਨ ਨੇ ਆਪਣੇ ਮੋਬਾਈਲ ਨੂੰ ਭਗਾ ਕੇ ਪਰਾਂ ਮਾਰਿਆ, ਫਿਰ ਵੀ ਇਹ ਲੁਟੇਰਾ ਮੋਬਾਈਲ ਚੁੱਕ ਲਿਆ ਆ, ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਨੌਜਵਾਨ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਬਾਈਕ ਚਲਾ ਰਹੇ ਲੁਟੇਰੇ ਨੇ ਇਸ ਨੂੰ ਗਰਦਨ ਤੋਂ ਫੜ ਲਿਆ ਔਰ ਨਹੀਂ ਛੱਡਿਆ ਤਾਂ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਡਰਦੇ ਮਾਰੇ ਇਸ ਨੌਜਵਾਨ ਨੇ ਆਪਣਾ ਫੋਨ ਪਰਾਂ ਸੁੱਟ ਦਿੱਤਾ, ਫਿਰ ਇਹ ਲੁਟੇਰਾ ਮੋਬਾਈਲ ਚੁੱਕ ਲਿਆ ਆ, ਜਿਸ ਨੇ ਬੜੀ ਹੀ ਚਲਾਕੀ ਦੇ ਨਾਲ ਇਸ ਲੁੱਟ ਨੂੰ ਅੰਜਾਮ ਦਿੱਤਾ ਔਰ ਮੌਕੇ ਤੋਂ ਫਰਾਰ ਹੋ ਗਏ। ਲੁਧਿਆਣਾ ਦੇ ਡਾਬਾ ਰੋਡ ਦੇ ਨਜ਼ਦੀਕ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੋ ਬਾਈਕ ਸਵਾਰ ਲੁਟੇਰਿਆਂ ਦੇ ਵੱਲੋਂ ਇੱਕ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ, ਗਰਦਨ ਤੋਂ ਫੜ ਕੇ ਲੁੱਟ ਕੀਤੀ ਗਈ। ਤੇਜ਼ਧਾਰ ਹਥਿਆਰ ਇਹਨਾਂ ਦੇ ਕੋਲ ਸੀ। ਹਾਲਾਂਕਿ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਲੁਟੇਰੇ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋ ਗਏ ਤਾਂ ਚਿੱਟੇ ਦਿਨ ਇਹਨਾਂ ਲੁਟੇਰਿਆਂ ਦੇ ਵੱਲੋਂ ਸ਼ਰੇਆਮ ਇਹ ਲੁੱਟ ਕੀਤੀ ਗਈ। ਹਾਲਾਂਕਿ ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ, ਜਿਨ੍ਹਾਂ ਦੇ ਵੱਲੋਂ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਲੁਟੇਰਿਆਂ ਦੀ ਭਾਲ ਸ਼ੁਰੂ ਕੀਤੀ ਗਈ ਹੈ। ਆਹ ਤਾਂ ਹੱਦ ਹੀ ਹੋ ਗਈ। ਆਹ ਦੇਖੋ ਕਿਵੇਂ ਲੁਟੇਰਿਆਂ ਨੇ ਇੱਕ ਨੌਜਵਾਨ ਨੂੰ ਨਿਸ਼ਾਨਾ ਬਣਾਇਆ। ਨੌਜਵਾਨ ਸੜਕ ਦੇ ਕਿਨਾਰੇ ਤੇ ਤੁਰੇ ਆ ਰਿਹਾ ਸੀ ਤਾਂ ਇਸ ਦੇ ਪਿੱਛੇ ਦੋ ਲੁਟੇਰੇ ਲੱਗ ਪਏ, ਜਿਨ੍ਹਾਂ ਨੇ ਇਸ ਨੌਜਵਾਨ ਨੂੰ ਗਰਦਨ ਤੋਂ ਫੜਿਆ, ਖਿੱਚ ਤੂੰ ਕੀਤੀ, ਫਿਰ ਇਸ ਦਾ ਮੋਬਾਈਲ ਖੋ ਕੇ ਫਰਾਰ ਹੋਏ ਨੇ। ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ, ਕਿਸ ਤਰੀਕੇ ਦੇ ਨਾਲ ਖਿੱਚ ਤੂੰ ਕੀਤੀ ਗਈ ਔਰ ਜੋ ਬਾਈਕ ਦੇ ਪਿੱਛੇ ਲੁਟੇਰਾ ਬੈਠਾ ਸੀ ਉਸਦੇ ਹੱਥ ਦੇ ਵਿੱਚ ਤੇਜ਼ ਧਾਰ ਹਥਿਆਰ ਸੀ, ਜਿਸ ਦੇ ਜ਼ੋਰ ਤੇ ਇਹਨਾਂ ਦੇ ਵੱਲੋਂ ਲੁੱਟ ਕੀਤੀ ਗਈ। ਹਾਲਾਂਕਿ ਨੌਜਵਾਨ ਨੇ ਆਪਣੇ ਮੋਬਾਈਲ ਨੂੰ ਭਗਾ ਕੇ ਪਰਾਂ ਮਾਰਿਆ, ਫਿਰ ਵੀ ਇਹ ਲੁਟੇਰਾ ਮੋਬਾਈਲ ਚੁੱਕ ਲਿਆ ਆ, ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਨੌਜਵਾਨ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਬਾਈਕ ਚਲਾ ਰਹੇ ਲੁਟੇਰੇ ਨੇ ਇਸ ਨੂੰ ਗਰਦਨ ਤੋਂ ਫੜ ਲਿਆ ਔਰ ਨਹੀਂ ਛੱਡਿਆ ਤਾਂ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਡਰਦੇ ਮਾਰੇ ਇਸ ਨੌਜਵਾਨ ਨੇ ਆਪਣਾ ਫੋਨ ਪਰਾਂ ਸੁੱਟ ਦਿੱਤਾ, ਫਿਰ ਇਹ ਲੁਟੇਰਾ ਮੋਬਾਈਲ ਚੁੱਕ ਲਿਆ ਆ, ਜਿਸ ਨੇ ਬੜੀ ਹੀ ਚਲਾਕੀ ਦੇ ਨਾਲ ਇਸ ਲੁੱਟ ਨੂੰ ਅੰਜਾਮ ਦਿੱਤਾ ਔਰ ਮੌਕੇ ਤੋਂ ਫਰਾਰ ਹੋ ਗਏ। ਲੁਧਿਆਣਾ ਦੇ ਡਾਬਾ ਰੋਡ ਦੇ ਨਜ਼ਦੀਕ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੋ ਬਾਈਕ ਸਵਾਰ ਲੁਟੇਰਿਆਂ ਦੇ ਵੱਲੋਂ ਇੱਕ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ, ਗਰਦਨ ਤੋਂ ਫੜ ਕੇ ਲੁੱਟ ਕੀਤੀ ਗਈ। ਤੇਜ਼ਧਾਰ ਹਥਿਆਰ ਇਹਨਾਂ ਦੇ ਕੋਲ ਸੀ। ਹਾਲਾਂਕਿ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਲੁਟੇਰੇ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋ ਗਏ ਤਾਂ ਚਿੱਟੇ ਦਿਨ ਇਹਨਾਂ ਲੁਟੇਰਿਆਂ ਦੇ ਵੱਲੋਂ ਸ਼ਰੇਆਮ ਇਹ ਲੁੱਟ ਕੀਤੀ ਗਈ। ਹਾਲਾਂਕਿ ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ, ਜਿਨ੍ਹਾਂ ਦੇ ਵੱਲੋਂ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਲੁਟੇਰਿਆਂ ਦੀ ਭਾਲ ਸ਼ੁਰੂ ਕੀਤੀ ਗਈ ਹੈ।